ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਪਹੁੰਚਿਆ ਪਿੰਡ ਰਸੂਲਪੁਰ ਨਹਿਰਾਂ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ। ਤਰਨ ਤਾਰਨ ਸਾਹਿਬ ਦੇ ਬਿਲਕੁਲ ਨੇੜੇ ਨਾਲ ਲੱਗਦਾ ਪਿੰਡ ਰਸੂਲਪੁਰ ਨਹਿਰਾਂ, ਅਲਾਦੀਨਪੁਰ, ਦੁਗਲਵਾਲਾ ਅਤੇ ਸ਼ੇਰੋਂ ਦੋਸਤੋ ਥੋੜ੍ਹੀ ਥੋੜ੍ਹੀ ਦੂਰੀ 'ਤੇ ਨਾਲ ਨਾਲ ਲੱਗਦੇ ਪਿੰਡ ਆ। ਅਤੇ ਵੀਰ ਨਿਸ਼ਾਨ ਦੇ ਕੋਲ ਆਇਆ ਦੋਸਤੋ, ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ, ਪਸ਼ੂ ਵਪਾਰ ਦਾ ਕਿੱਤਾ ਵੀਰ ਨਿਸ਼ਾਨ ਦਾ, ਇਸੇ ਤਰ੍ਹਾਂ ਪਸ਼ੂ ਡੇਲੀ ਰੂਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਵਿਕਰੀ ਵਾਲੇ। ਤੇ ਜਦੋਂ ਦੋਸਤੋ ਪਸ਼ੂ ਨਵੇਂ ਨਿਕਲਦੇ ਤੇ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ। ਅੱਜ ਇਸ ਵੀਡੀਓ ਦੇ ਵਿੱਚ ਨਗ ਜਿਹੜੇ ਆਪਾਂ ਤੁਹਾਨੂੰ ਤਿੰਨ ਦਿਖਾਉਣੇ ਆ, ਜਿਨ੍ਹਾਂ ਦੇ ਵਿੱਚੋਂ ਤੁਸੀਂ ਇੱਕ ਵੈੜ ਦੇਖੋਗੇ, ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇੱਕ ਵੈੜ ਦਿਖਾਵਾਂਗੇ ਤੇ ਦੋ ਮੱਝਾਂ ਜਿਹੜੀਆਂ ਤੁਸੀਂ ਇਸ ਸਾਹਮਣੇ ਦੇਖ ਰਹੇ ਜੀ, ਇੱਕ ਨੀਲੀ ਰਾਵੀ ਦੇ ਵਿੱਚ ਮੱਝ ਆ, ਇੱਕ ਢਾਲੀ ਜਿਹੜੀ ਦੋਸਤੋ ਢਾਲੀ ਮੱਝ ਤੁਹਾਨੂੰ ਦਿਖਾਵਾਂਗੇ, ਠੀਕ ਆ ਜੀ, ਢਾਲ ਤਲਵਾਰੀ ਤੇ ਢਾਲੀ ਮੱਝ ਜਿਹੜੀ ਹੈ ਦਿਖਾਵਾਂਗੇ, ਸੈਕਿੰਡ ਨੰਬਰ ਤੇ ਝੋਟੀ ਆ, ਠੀਕ ਆ ਜੀ, ਪੂਰਾ ਡਿਟੇਲ ਪੂਰਾ ਵੇਰਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗਾ। ਸੋ ਜਿਹੜੇ ਪਸ਼ੂ ਦੋਸਤੋ ਗੱਭਣ ਹੁੰਦੇ ਆ, ਹਰ ਵਾਰ ਆਪਾਂ ਕਹਿੰਦੇ ਆ ਵੀ ਚੌਂ ਥਣਾਂ ਦੀ ਤਿੱਪ ਕੇ, ਤੇ ਜਿਹੜੇ ਪਸ਼ੂ ਸੋਏ ਸਵਾਏ ਹੁੰਦੇ ਆ, ਦੋ ਡੰਗ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਆ, ਉਹ ਜ਼ਰੂਰ ਯਕੀਨੀ ਬਣਾ ਲਿਓ, ਠੀਕ ਹੈ ਜੀ। ਸੋ ਤਰੀਕ ਅੱਜ 13 ਸਤੰਬਰ ਆ, ਤੇ ਸਮਾਂ ਕੋਈ ਸ਼ਾਮ ਦੇ 6 ਵਜੇ ਦਾ। ਆਓ ਕਰਦੇ ਹਾਂ ਗੱਲਬਾਤ ਵੀਰ ਨਿਸ਼ਾਨ ਦੇ ਨਾਲ, ਪੁੱਛਦੇ ਹਾਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਨਿਸ਼ਾਨ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ, ਹੋ ਠੀਕ ਠਾਕ ਜੋ? ਠੀਕ ਹੈ ਜੀ। ਅੱਜ ਤਾਂ ਨਿਸ਼ਾਨ ਟੋਰੇ ਵਾਲੀ ਪੱਗ ਬੰਨੀ ਹੈ। ਹਾਂਜੀ ਹਾਂਜੀ ਵੀਰ ਜੀ, ਹੈ ਹਾਂਜੀ, ਠੀਕ ਆ, ਵਧੀਆ ਜੱਚਦਾ ਪਿਆ ਹੈ। ਹਾਂਜੀ ਹਾਂਜੀ, ਸਾਰੇ ਭੈਣ ਭਰਾ ਮੇਰੇ ਪਿਆਰੇ, ਸਤਿ ਸ੍ਰੀ ਅਕਾਲ ਜੀ। ਠੀਕ ਹੈ ਜੀ, ਸਤਿ ਸ੍ਰੀ ਅਕਾਲ। ਲੈ ਵੀ ਨਿਸ਼ਾਨ, ਐਨੀਮਲ ਅੱਜ ਆਪਣੇ ਕੋਲ ਟੋਟਲ ਵੀਰੇ ਤਿੰਨ ਨੇ। ਹਾਂਜੀ ਤਿੰਨ ਨੇ, ਦੋ ਮੱਝਾਂ, ਇੱਕ ਵੈੜ ਵੀਰ ਜੀ। ਵੈੜ ਜਿਹੜੀ ਬਿਨ ਬੱਚੇ ਹੋ? ਬਿਨ ਬੱਚੇ ਤਾਂ ਵੀਰ ਜੀ। ਮੱਝਾਂ ਤਾਜ਼ੀਆਂ ਸੂਈਆਂ? ਮੱਝਾਂ ਤਾਜ਼ੀਆਂ ਸੂਈਆਂ, ਦੋਨਾਂ ਮਗਰ ਕੱਟੀਆਂ ਵੀਰ ਜੀ। ਠੀਕ ਆ ਜੀ, ਹਾਂਜੀ। ਇਹ ਮੈਂ ਥੱਲੇ ਦੁੱਧ ਚੰਗਾ ਦੱਸ ਰਿਹਾ ਜੀ, ਵੀ ਪਤਾ ਨਹੀਂ ਕਿੱਥੋਂ ਕੱਢੀ ਆਉਂਦੀ ਆ। ਏਦਾਂ ਹੀ ਵੀਰ ਜੀ, ਪਤਾ ਨਹੀਂ ਕਿੱਥੋਂ ਕੱਢੀ ਆਉਂਦੀ ਆ, ਪਰ ਚਵਾ ਕੇ ਦੇਣਾ ਭਾਵੇਂ ਦੋ ਡੰਗ ਚੋਲੇ ਤੇ ਭਾਵੇਂ ਚੋਲੇ ਚਾਰ ਡੰਗ ਵੀਰ ਜੀ। ਠੀਕ ਆ ਜੀ, ਹਾਂਜੀ। ਲਓ ਦੋਸਤੋ, ਸ਼ੁਰੂਆਤ ਇੱਕ ਨੀਲੀ ਦੀ ਮੱਝ ਤੋਂ ਕਰਾਂਗੇ, ਸਿੰਗਲ ਡੀਜੇ ਵਿੱਚ ਆ। ਸੋ ਪੂਰੀ ਡਿਟੇਲ ਤੁਹਾਨੂੰ ਮਿਲੂਗੀ, ਦੁੱਧ ਚੰਗਾ ਖਾਸਾ ਵੀਰ ਨਿਸ਼ਾਨ ਦੱਸ ਰਿਹਾ, ਬਾਕੀ ਆਪਾਂ ਡਿਟੇਲ ਉਹਨਾਂ ਦੀ ਜ਼ੁਬਾਨੀ ਸੁਣ ਲੈਂਦੇ ਆ। ਨਿਸ਼ਾਨ ਇੱਕ ਤਾਂ ਸੂਆ ਦੱਸ ਦਈਏ ਵੀਰ, ਸੂਆ ਕਿੰਨਾ? ਸੂਆ ਜੀ, ਤੀਜਾ ਸੂਆ ਸੂਈ ਆ। ਤੀਜਾ ਸੂਆ ਜੀ, 10 ਦਿਨ ਹੋਵੇ ਸੂਈ ਨੂੰ, ਮਗਰ ਕੱਟੀ ਆ। ਲਓ ਜੀ, ਮਗਰ ਕੱਟੀ ਆ 10 ਕੁ ਦਿਨਾਂ ਦਾ ਸੂਆ, ਠੀਕ ਆ ਜੀ। ਆਹ ਬੱਚਾ ਕਰੋ ਚੈੱਕ, ਠੀਕ ਹੈ ਜੀ। ਤੇ ਨਿਸ਼ਾਨ ਇਸ ਵਕਤ ਦੁੱਧ ਦੇ ਥੱਲੇ ਕਿੰਨਾ ਕਾ? 13 ਕਿਲੋ ਵੀਰ ਜੀ। 13 ਕਿਲੋ ਆ ਜੀ। ਲਓ ਜੀ ਦੋਸਤੋ, ਬਿਲਕੁਲ ਟੇਢੇ ਕੱਟ ਦੇ ਵਿੱਚ ਆ, ਠੀਕ ਆ ਜੀ, ਬਾਕੀ ਸੋ ਨੀਲੀ ਦੀ ਮੱਝ ਆ, ਟੇਢੇ ਕੱਟ ਦੇ ਵਿੱਚ। ਸੋ 13 ਕਿਲੋ ਦੁੱਧ, 10 ਦਿਨਾਂ ਦਾ ਸੂਆ, ਤੇ ਸੂਆ ਕੋਈ ਵੀਰ ਤੀਜਾ ਸਮਝ ਲਏ, ਕੋਈ ਚੌਥਾ ਮੰਨ ਲਏ, ਠੀਕ ਆ ਜੀ, ਉਹ ਹਰ ਇੱਕ ਭਰਾ ਦੀ ਆਪਾਂ ਨੇ ਵੀ ਸਮਝ ਆ, ਠੀਕ ਆ ਜੀ। ਕਿਸੇ ਵੀਰ ਨੂੰ ਤੀਜੇ ਜਾਪਣੀ ਆ, ਕਿਸੇ ਨੂੰ ਚੌਥੇ ਜਾਪਣੀ ਆ। ਸਿੰਗਲ ਅੱਡੀ ਦੇ ਵਿੱਚ ਬਿਲਕੁਲ ਪਤਲੀ ਚਮੜੀ, ਪਤਲਾ ਪਿੰਡਾ, ਆ ਕਰੋ ਚੈੱਕ ਜੀ, ਬਾਕੀ ਸਫਾਈਆਂ ਸਫਾਈਆਂ ਪੂਰੀਆਂ ਵੀਰ ਜੀ। ਕੋਈ ਪੂਰ ਛੱਟਾ ਨਹੀਂ, ਕੋਈ ਥਾਣ ਨਿਸ਼ਾਨ, ਬਾਕੀ ਚਵਾਹ ਪਸਮਾ ਬਿਲਕੁਲ ਪੋਲਾ, ਇੱਕ ਨੰਬਰ ਵੀਰ ਜੀ। ਠੀਕ ਹੈ ਜੀ, ਹਾਂ ਦੋਸਤੋ, ਨਾਲ ਦੀ ਨਾਲ ਜਿਹੜੀ ਤੁਸੀਂ ਚਵਾਈ ਵੀ ਦੇਖ ਰਹੇ ਜੀ, ਠੀਕ ਹੈ ਜੀ, ਨਾਲ ਦੀ ਨਾਲ ਆਪਾਂ ਤੁਹਾਨੂੰ ਚਵਾਈ ਵੀ ਦਿਖਾ ਦਾਂਗੇ। ਸੋ ਦੂਰ ਨੇੜੇ ਵਾਲੇ ਵੀਰ ਆ ਵੀ ਜਿਹੜੇ ਨਹੀਂ ਪਹੁੰਚ ਸਕਦੇ, ਉਹਨਾਂ ਦੇ ਲਈ ਆਪਾਂ ਇੱਕ ਵਾਰੀ ਮੋਟੇ ਤੌਰ ਤੇ ਕੋਈ ਚਵਾਈ ਤਾਂ ਵਿਖਾਉਣੀ ਆ ਵੀ ਕਿਸੇ ਰਕਮ ਦਾ ਕੋਈ ਹੋਰ ਛਿੱਟੇ ਦਾ ਪਤਾ ਲੱਗ ਜੇ, ਪੁੱਛਣ ਬਣਾ ਪਛਾਣ, ਆ ਕਰੋ ਚੈੱਕ। ਸੋ ਵੈਸੇ ਹੁਣ ਬਿਲਕੁਲ ਚਵਾਈ ਦਾ ਸਮਾਂ ਨੇੜਾ, ਸੋ ਬਣਿਆ ਥਣਿਆ ਪਿਆ ਪਸ਼ੂ ਚਵਾਈ ਦਾ ਸਮਾਂ, ਜਿਵੇਂ ਹੁਣ 6 ਵਜਣ ਰਹੇ ਆ। ਨਿਸ਼ਾਨ ਸੁਬਾ ਚਵਾਈ ਕਿੰਨੇ ਕੁ ਵਜੇ ਕੀਤੀ ਆ ਵੀਰ ਜੀ? ਉਦਾਂ ਚਵਾਈ ਆਪਣੀ ਆ 5 ਤੋਂ 5। ਠੀਕ ਹੈ ਜੀ, ਅੱਜ ਆਪਾਂ ਨਾ ਬੱਚੇ ਚੜਾਉਣ ਗਏ ਅੰਮ੍ਰਿਤਸਰ ਦਿੱਲੀ ਵਾਲੀ ਬੱਸ ਤੇ ਚੜਾਏ, ਪਾਕਿਸਤਾਨੀ ਬੁਲੀ। ਅੱਛਾ ਜੀ, ਉਹਦਾ ਕਰਕੇ ਥੋੜਾ ਲੇਟ ਹੋ ਗਿਆ, ਨਾਲ ਡੌਗ ਦਾ ਕੰਮ ਵੀ ਹੈਗਾ। ਡੌਗ ਦਾ ਕੰਮ ਹੈ ਵੀਰ ਜੀ, ਉਹ ਦੱਸੋ ਨਾਲ ਦੀ ਨਾਲ ਜਿਹੜਾ ਅੱਜ 6 ਵਜੇ ਚੋਏ ਆਪਾਂ, ਡੌਗ ਦਾ ਕੰਮ ਵੀ ਹੈ, ਠੀਕ ਹੈ ਜੀ ਵੀਰ ਜੀ, ਚਵਾਈ ਦਾ। ਠੀਕ ਹੈ ਜੀ, ਹਾਂ ਵੈਸੇ ਹੁਣ ਵੀ ਜਿਹੜਾ ਦੋਸਤੋ 6 ਵਜੇ ਦਾ ਸਮਾਂ ਬਣੀ ਥਾਣੀ ਤੁਹਾਨੂੰ ਜਿਹੜੀ ਪੂਰੀ ਨਜ਼ਰ ਆ ਰਹੀ ਹੈ ਮੱਝ। ਸੋ 13 ਕਿਲੋ ਇਸ ਵਕਤ ਦੁੱਧ ਦੇ ਥੱਲੇ। ਅੱਛਾ ਨਿਸ਼ਾਨ, ਵੈਸੇ 13 ਕਿਲੋ ਇਹ ਜਾਂ ਕਹਿ ਦਈਏ ਵੀ ਛਟਾਂ ਕੇ ਇਧਰ ਉਧਰ ਵਾਲਾ ਕੰਮ ਤੇ ਨਹੀਂ ਕਾ? ਨਹੀਂ ਵੀਰ ਜੀ, ਵੱਧ ਜਾਊਗਾ, ਘਟਦਾ ਨਹੀਂ ਦੁੱਧ। ਠੀਕ ਹੈ ਜੀ, ਹਾਂ ਲਓ ਜੀ, 13 ਕਿਲੋ ਦੁੱਧ ਦੀ ਮਾਲਕਣ, ਬਿਲਕੁਲ 10 ਕੁ ਦਿਨਾਂ ਦੀ ਸੂਈ ਆ, ਬਾਕੀ ਅੱਗੇ ਮੇਰਾ ਵੀਰ ਕੋਈ ਚੰਗੀ ਸੇਵਾ ਕਰ ਲੂਗਾ ਤੇ ਪਤਾ ਨਹੀਂ ਗਾ ਸਮੁੰਦਰ ਆ ਕੋਈ ਵੱਧ ਵੀ ਚੋਲੇ, ਠੀਕ ਆ ਜੀ।
ਇਸ ਵਕਤ ਜਿਹੜਾ 13 ਕਿਲੋ ਇਹਦੇ ਥੱਲੇ ਤੋਲਵਾ ਦੁੱਧ। ਆਪਾਂ ਤੇ ਵੀਰ ਜੀ ਸੌਦਾ ਕਰਨ ਤੋਂ ਪਹਿਲਾਂ ਆਖ ਦੇਈਦਾ 9 ਵਜੇ ਚੋਈ, ਕਈ ਤੇ ਦੱਸ ਦੇਣੀ ਆ ਪਹਿਲਾਂ ਸੌਦਾ ਕਰ ਲੈਂਦੇ, ਬਾਅਦ ਆਖ ਦਿੰਦੇ 9 ਵਜੇ ਚੋਈ। ਆਪਣਾ ਉਹ ਕੰਮ ਨਹੀਂ ਹੈਗਾ ਵੀਰ ਜੀ, ਉਦਾਂ ਚਵਾਈ ਹੈ 5 ਤੋਂ 5 ਪੱਕੀ। 4 ਵਜੇ ਆਪਾਂ ਗਏ ਘਰੋਂ ਤੁਰੇ ਆ ਵੀਰ ਜੀ, ਅੰਮ੍ਰਿਤਸਰ ਤੇ ਦਿੱਲੀ ਵਾਲੀ ਬੱਸ ਤੇ ਬੱਚੇ ਲੈਣੇ, ਉਹਦਾ ਕਰਕੇ ਥੋੜਾ ਲੇਟ ਹੋ ਗਏ। ਲੇਟ ਹੋ ਗਏ ਮਾਰਨਿੰਗ, ਫਿਰ ਥੋੜੀ ਜਿਹੀ ਲੇਟ ਹੀ ਚਾਹੀਦੀ। ਹਾਂ 6 ਵਜੇ ਪੂਰੀ ਚਵਾਈ ਕੀਤੀ, 6 ਵਜੇ ਲੱਗਾ ਵਾ। ਹਾਂਜੀ ਅੱਧਾ ਘੰਟਾ ਲੱਗਾ 3 ਵਜੇ ਚੁੰਦਿਆਂ ਵਿੱਚ ਜੀ। ਠੀਕ ਹੈ ਜੀ। ਹਾਂਜੀ ਅੱਛਾ, ਨਿਸ਼ਾਨ ਦੇ ਦੇਣਾ ਕਿੰਨੇ ਦੀ? ਹਾਂ ਨਾ ਜੀ, ਇਸ ਨੂੰ ਹੁੰਦੀ ਜੀ, ਹਾਂ ਨਾ ਕਿੰਨੇ? ਮੁੱਲ ਵੀਰ ਜੀ 80-85, ਜੋ ਮਰਜ਼ੀ ਕਰੀ ਜਾਈਏ, 1000 ਛੱਡ ਦਾਂਗੇ 80 ਜੋ ਵੀਰ ਜੀ। 80 ਚੋਂ? ਹਾਂਜੀ ਥੋੜਾ ਬਹੁਤ ਇਮਾਨਤਨ ਫਿਰ ਹੈ ਨਾ, ਥੋੜਾ ਬਹੁਤਾ ਮਾਨਤਾ ਨਹੀਂ ਹੋਊਗਾ ਵੀਰ ਜੀ। ਦੁੱਧ ਚਵਾ ਕੇ ਦੇਣਾ, ਗੱਲਾਂ ਵਾਲਾ ਦੁੱਧ ਨਹੀਂ ਆਪਾਂ ਵੀਰ ਜੀ ਦੇਣਾ। 13 ਕਿਲੋ ਦੁੱਧ ਦਾ, ਦੁੱਧ ਵਾਲੇ ਪਾਸਿਓਂ ਕੋਈ ਚੱਕਰ ਨਹੀਂ, ਦੋ ਡੰਗ ਚੋਏ ਭਾਵੇਂ 4 ਡੰਗ ਚੋਏ, ਤਸੱਲੀ ਆ ਦੀ ਜਿੱਦਾਂ ਮਰਜ਼ੀ ਕਰੇ। ਬਿਲਕੁਲ ਹਾਂ। ਆ ਤੁਸੀਂ ਵੈਸੇ ਬਹੁਤ ਸਾਰੇ ਪਸ਼ੂ ਪਹਿਲਾਂ ਵੀ ਤੁਹਾਨੂੰ ਦਿਖਾਇਆ, ਦੁੱਧ ਵਾਲੇ ਪਾਸਿਓਂ ਨਾ ਕਰਦੇ ਗਾਰੰਟੀ ਦੇ ਦਿੰਨੇ ਹੁਣ, ਦੋ ਮੱਝਾਂ ਮਰ ਗਈਆਂ ਉਹਦਾ ਕਰਕੇ ਵੀਰ ਜੀ ਸਾਲੀਆਂ ਚੀਜ਼ਾਂ ਗਾਰੰਟੀ ਨਹੀਂ ਦਿੱਤੀ ਜਾਂਦੀ, ਗਾਰੰਟੀ ਤਾਂ ਨਹੀਂ ਦਿੱਤੀ ਜਾਂਦੀ ਆ, ਬਾਕੀ ਜਾ ਜੀ ਕੇ ਬਾਪ ਰੇ ਖੱਲਾ ਦਾ। ਇਸ ਕਰਕੇ ਮੇਰਾ ਵੀਰ ਤਸੱਲੀ ਇੱਥੇ ਕਰਿਆ ਕਰੋ, 13 ਕਿਲੋ ਕਿਹਾ ਗਿਆ ਤੇ 13 ਕਿਲੋ ਦੀ ਮਿੰਤੀ ਤੁਸੀਂ ਇੱਥੇ ਕਰਨੀ ਆ। ਘਰੇ ਲਿਜਾਣ ਤੋਂ ਬਾਅਦ ਪਾਈਆ ਖੰਡ ਵੱਧ ਜੇ ਘੱਟ ਜੇ, ਤੁਹਾਡੀ ਜਿਹੜੀ ਸੇਵਾ ਤੁਹਾਡੀ ਮਿਹਨਤ ਆ, ਠੀਕ ਆ ਜੀ, ਵਧਾ ਲਓ ਜਾਂ ਘਟਾ ਲਓ, ਠੀਕ ਆ। ਤੇ ਬਾਕੀ ਬੱਚਾ ਮਗਰ ਦੇ ਕੱਟੀ ਆ, ਫੀਮੇਲ ਕਾਫ ਆ ਜਿਹੜੀ ਆ ਮੱਝ ਪਛਮਾ ਦੀ, ਆ ਦੇਖੋ ਜੀ ਬਾਕੀ ਗਾੜੀ ਗੱਲ ਕਰ ਲਈ। ਤੇ ਬਾਕੀ ਇੱਕ ਵਾਰੀ ਇਹ ਹਾਂ ਨਾਲ 78000 ਦੀ ਦੇ ਦਾਂਗੇ ਵੀਰ ਜੀ, 78000 ਦੀ ਜੈਸ ਨੋ ਜਿਹੜੀ, ਹਾਂ ਜੈਸ ਨੋ ਵੀਰ ਜੀ। ਬਾਬੀ ਇੱਕ ਵਾਰੀ ਆਪਾਂ ਸੈਕੰਡ ਨੰਬਰ ਤੇ ਇਹ ਵੀ ਨਿਸ਼ਾਨ ਜਾ ਸੂਆ ਵਾ, ਉਹ ਤੇ 10 ਕਿਲੋ ਆ, 7 ਦਿਨ ਹੋ ਗਏ ਸੂਈ ਨੇ ਵੀਰ ਜੀ ਮਗਰ ਕੱਟੀ ਆ। ਠੀਕ ਹੈ ਜੀ। ਹਾਂਜੀ ਉਹ ਦੱਸੋ, 7 ਕੁ ਦਿਨ ਦਾ ਸਮਾਂ ਹੋ ਗਿਆ, ਮਗਰ ਕੱਟੀ, ਫੀਮੇਲ ਕਾਫ ਹੈ, ਦੁੱਜਣ ਹੀ ਆ ਵੀ? ਦੁੱਜਣ ਦੁੱਜਣ ਵੀਰ ਜੀ, ਪਿਓਰ ਦੁੱਜਣ। ਲਓ ਜੀ ਦੂਜਾ ਸੂਆ ਤੇ ਬਿਲਕੁਲ ਤਾਜ਼ੀਆਂ ਜਿਹੜੀਆਂ, ਦੋਨੋਂ ਮੱਝਾਂ ਤਾਜ਼ੀਆਂ ਸੂਈਆਂ, ਦੋ ਮਗਰ ਕੱਟੀਆਂ ਆ, ਠੀਕ ਆ ਜੀ। ਚੱਲ ਤੇ ਢਾਲੀ ਆ, ਠੀਕ ਆ ਜੀ, ਆ ਤੁਸੀਂ ਵੇਖ ਸਕਦੇ ਹੋ ਪੂਰਾ ਵਿੱਥਾ ਵਿਰਲਾਂ ਤੇ ਲੱਗਾ ਵੀਰ ਜੀ, ਕੋਈ ਪੂਰ ਛੱਟਾ ਨਹੀਂ ਆ। ਹਾਂ ਓਏ ਹਟ ਜਾ। ਲਓ ਜੀ ਅੱਛਾ, ਦੁੱਧ ਦੇ ਥੱਲੇ ਕਿੰਨਾ ਦੱਸਿਆ? 10 ਕਿਲੋ ਵੀਰ ਜੀ, 10 ਕਿਲੋ ਨਾਲ 10 ਕਿਲੋ ਹੋਊਗਾ। ਹਾਂਜੀ ਠੀਕ ਆ ਜੀ। ਸੋ 10 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਹੁਣ ਬਿਲਕੁਲ ਹਾਜ਼ਰ ਆ। ਜੈਡ ਬਲੈਕ ਹੈ, ਉਹ ਪੂਛ ਹੀ ਆ ਜਿਹੜੀ ਚਿੱਟੀ ਆ। ਠੀਕ ਹੈ ਜੀ। ਹਾਂ ਸੋ ਬਾਕੀ ਸੂਈ ਵੀ ਜਿਹੜੀ ਦੋਸਤੋ ਹਫਤੇ ਦੇ ਅੜਗੇ ਜਿਹੜੀ ਆ, ਮਗਰ ਇਹਦੇ ਵੀ ਕੱਟੀ ਆ, ਫੀਮੇਲ ਕਾਫ ਆ, ਠੀਕ ਆ ਜੀ। ਆ ਦੇਖੋ ਨਿਸ਼ਾਨ ਇਹਦੀ ਵੀ ਚਵਾਈ ਚਵਾਈ ਦੀ, ਬਿਲਕੁਲ ਇੱਕ ਨੰਬਰ ਵੀ ਜੀ। ਓਕੇ ਓਕੇ ਠੀਕ ਆ, ਮੋਟੀ ਧਾਰ ਬਿਲਕੁਲ ਪੋਲੀ ਹੈ। ਹਾਂਜੀ ਬਾਕੀ ਲੰਬੀ ਲੰਬੀ ਬੇਲ ਦੀ ਪੂਰੀ, ਨਾਲੇ ਨਿੱਗਰ ਝੋਟੀ ਆ ਵੇ ਤੇ। ਬਾਕੀ ਫੇਸ ਤੋਂ ਵਿਖਾ ਦੋ ਇਦਾਂ। ਲਓ ਜੀ ਠੀਕ ਹੈ, ਇੱਕ ਸਿੰਘ ਪੂਰਾ ਗਲਾਈ ਦੇ ਵਿੱਚ ਦੋਸਤੋ, ਇੱਕ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਆ ਵੀ ਜਿਵੇਂ ਢਾਲ ਤਲਵਾਰੀ, ਠੀਕ ਹੈ ਜੀ, ਢਾਲ ਤਲਵਾਰੀ, ਉਹ ਤੁਸੀਂ ਵੇਖੋ ਇੱਕ ਸਿੰਘ ਪੂਰਾ ਗਲਾਈ ਦੇ ਵਿੱਚ ਢਾਲ ਦੀ ਤਰ੍ਹਾਂ, ਇੱਕ ਤਲਵਾਰ ਦੀ ਵਾਂਗੂ ਬਿਲਕੁਲ ਸਿੰਘ ਦੇ ਬਿਲਕੁਲ ਫਰੰਟ ਅੱਗੇੋਂ ਜਿਹੜਾ ਜਾ ਰਿਹਾ, ਠੀਕ ਆ। ਸੋ ਦੁੱਧ ਜਿਹੜਾ 10 ਕਿਲੋ ਅੱਜ 6-7 ਦਿਨਾਂ ਦੀ ਸੂਈ ਦੇ ਥੱਲੇ ਪੂਰਾ ਨਿੱਗਰ ਲੇਵਾ, ਸੋ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਨਿੱਗਰ ਲੇਵੇ ਦੇ ਵਿੱਚ। ਹਾਂ ਆ ਜਾ, ਲਓ ਜੀ ਠੀਕ ਹੈ। ਸੋ ਇੱਕ ਸਾਰ ਲੇਵਾ ਪੱਧਰ ਵਿਖਾਲਾ, ਬਿਲਕੁਲ 10 ਕਿਲੋ ਦੀ ਮਾਲਕਣ ਇਸ ਵਕਤ 10 ਕਿਲੋ ਦੁੱਧ ਇਹ ਦੇ ਰਹੀ ਹੈ ਜੀ। ਬਾਕੀ ਦਿਨ ਤੁਹਾਨੂੰ ਦੱਸ ਹੀ ਦਿੱਤਾ ਵੀ ਹਫਤੇ ਦੇ ਅੜਗੇੜਾ ਤੇ ਬਿਲਕੁਲ ਮੈਲੇ ਮੂਲੇ ਤੋਂ ਚੱਲਣ ਤੋਂ ਬਾਅਦ ਕੋਈ ਚੰਗਾ ਹੋਰ ਵੀ ਦੁੱਧ ਤੁਸੀਂ ਲੈ ਸਕਦੇ ਜੇ ਚੰਗੀ ਸੇਵਾ ਤੇ, ਠੀਕ ਆ। ਆ ਲਓ ਜੀ ਓਕੇ। ਅੱਛਾ ਨਿਸ਼ਾਨੀ ਦੀ ਕੀ ਡਿਮਾਂਡ ਵੀਰੇ, ਕੀ ਕੀਮਤ ਬੋਲ ਦੇ ਵੀਰ ਜੀ? 75, 80 ਜੋ ਮਰਜ਼ੀ ਕਰੀਏ, 72000 ਦੀ ਹਾਂ ਨਾ ਦੇ ਦਾਂਗੇ ਵੀਰ ਜੀ। ਯੈਸ ਨੋ ਜਿਹੜੀ 72000 ਨੋ ਵੀਰ ਜੀ, ਕੰਮ ਤੁਹਾਨੂੰ ਪਤਾ ਆਪਾਂ ਜਾਇਜ਼ ਹੀ ਕਰੀਦਾ, ਆਪਣਾ ਨਫਾ ਰੱਖ ਕੇ ਵੀਰ ਜੀ। ਬਿਲਕੁਲ ਬਿਲਕੁਲ ਬਿਲਕੁਲ। ਲਓ ਵੀ ਦੋਸਤੋ ਪਸ਼ੂ ਵੀਰ ਜੀ ਫੁੱਲ ਮੁੱਲ ਕਰਨ ਦਾ ਕੋਈ ਫਾਇਦਾ ਨਹੀਂ ਆ, ਬਾਕੀ ਥਾਣ ਥੋਣੀ ਪੂਰਾ ਵਿੱਥਾ ਵਿਰਲਾਂ ਤੇ ਲੱਗਾ ਵਾ। ਲਓ ਜੀ 72000 ਦੀ ਇਹ ਤੁਹਾਨੂੰ ਝੋਟੀ ਮਿਲੂਗੀ, ਠੀਕ ਹੈ ਜੀ।
ਸੋ ਮਗਰ ਵੀ ਕੱਟੀ ਆ 10 ਕਿਲੋ ਦੁੱਧ ਇਸ ਵਕਤ ਇਸ ਝੋਟੀ ਦੇ ਥੱਲੇ ਨੋਕਲਾ ਥਾਣਾ ਆਹ ਤੁਸੀਂ ਵੇਖ ਸਕਦੇ ਜੀ ਬਿਲਕੁਲ ਸਾਇਜ ਸ਼ੇਪ ਥਣ ਦੀ ਠੀਕ ਹੈ ਜੀ ਸੋ ਚਬਾ ਪਸਮਾ ਦੀ ਬਿਲਕੁਲ ਪੋਲੀ ਆ ਉਹ ਤੁਸੀਂ ਮੇਰਾ ਭਰਾ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਅਤੇ ਮਗਰ ਇਹਦੀ ਵੀ ਕੱਟੀ ਫੀਮੇਲ ਕਾਫ 72,000 ਰੇਟ ਓਕੇ ਨਿਸ਼ਾਨ ਅੱਗੇ ਆਪਣੇ ਕੋਲ ਸੁਆ ਵੀਰ ਜੀ ਇਹ ਚੁੰਗੀ ਆ ਗਈ ਹਾਂਜੀ ਮਹੀਨੇ ਦੀ ਮਾਲੇ ਭਾਵੇਂ ਡੇਢ ਦੀ ਮਾਲੇ ਵੀਰ ਜੀ ਹਾਂ ਤੇ ਦੁੱਧ ਹੋਊਗਾ 12 ਕਿਲੋ ਦੇ ਥੱਲੇ ਨੱਟ 12 ਕਿਲੋ ਹਾਂਜੀ ਠੀਕ ਹੈ ਜੀ ਹਾਂ ਦੋਸਤੋ ਸੁਆ ਬੇਸ਼ੱਕ ਵੀ ਵੀਰ ਮਹੀਨਾ ਮੰਨ ਲੈ ਡੇਢ ਮੰਨ ਲੈ ਬਿਨ ਬੱਚੇ ਹੋਣ ਠੀਕ ਹੈ ਜੀ ਤੇ 12 ਕਿਲੋ ਦੁੱਧ ਇਸ ਵਾਰ ਦੇ ਥੱਲੇ ਹਾਜ਼ਰ ਆ ਸੋ ਹੈ ਵੀ ਦੂਜੇ ਨਹੀਂ ਹੈ ਦੂਜੇ ਸੂਏ ਸੂਈ ਹੋ ਗਈ ਹਾਂਜੀ ਦੂਜੇ ਸੂਏ ਵੀਰ ਜੀ ਚੁੰਗੀ ਹੈ ਨਾ ਹਾਂ ਬਾਕੀ ਠੰਡੀ ਸੇਲਸ ਲੱਗ ਗਿਆ ਵੀਰ ਜੀ ਉਹ ਜੀ ਹੈ ਵੈਸੇ ਠੰਡੀ ਧੀਰੀ ਆ ਕੁਛ ਨਹੀਂ ਆਂਦੀ ਸੋ ਚਵਾ ਦੀ ਕਿਵੇਂ ਆ ਵੀਰ ਇੱਕ ਨੰਬਰ ਵੀਰ ਜੀ ਕੋਈ ਪੂਰ ਛੱਟਾ ਨਹੀਂ ਕੋਈ ਥਾਣ ਵੱਧ ਘਟ ਨਹੀਂ ਆ ਲਓ ਜੀ ਲਓ ਵੀ 12 ਕਿਲੋ ਦੋਸਤੋ ਦੁੱਧ ਇਸ ਵੈੜ ਦੇ ਥੱਲੇ ਆ ਤੇ ਸਿੰਘ ਤੁਸੀਂ ਵੇਖੋਗੇ ਆ ਵੇਖੋਗੇ 2-2 3-3 ਇੰਚ ਬਿਲਕੁਲ ਅਗਾਂ ਨੂੰ ਆਉਂਦੇ ਚੁੱਕ ਚੁੱਕੀਆਂ ਜਾ ਜਾਂਦੀਆਂ ਹਾਂਜੀ ਆ ਕਰੋ ਚੈੱਕ ਠੀਕ ਆ ਬਾਕੀ ਬੰਗਾ ਬੰਗਾ ਮਾੜਾ ਮੋੜ ਪਾ ਲੈਣਾ ਬੰਗਾ ਉੱਕਾ ਨਹੀਂ ਪਾਈਦਾ ਵੀਰ ਜੀ ਅੱਛਾ ਲੋੜ ਹੀ ਨਹੀਂ ਕਿ ਬਸ ਲੋੜ ਨਹੀਂ ਵੀਰ ਜੀ ਲਓ ਜੀ ਬਿਨ ਬੰਗਿਆਂ ਦੋਸਤੋ ਚਵਾਈ ਕਰ ਲਓਗੇ ਸੋ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਇਹ ਥਣ ਵਿਖਾ ਰਹੇ ਹਾਂ ਠੀਕ ਆ ਜੀ ਸੋ ਬਿਲਕੁਲ ਥਣ ਵੀ ਜਿਹੜੇ ਵੈਸੇ ਪੂਰਾ ਹੱਥੀ ਚਵਾਈ ਹੋ ਜਾਂਦੀ ਹੈ ਪਸਮ ਪੁਸ਼ਮ ਕੇ ਥੱਲੇ ਤਾਂ ਮਾਰੀ ਦੀਆਂ ਵੀ ਉਦਾਂ ਧਾਰਾ ਚੜ ਮਾਰ ਲਓ ਜੀ ਆ ਕਰੋ ਚੈੱਕ ਜੀ ਠੀਕ ਆ ਇਹ ਅਗਲੇ ਥਣਾਂ ਦੀ ਤੇ ਇਹ ਪਿਛਲੇ ਥਣਾਂ ਦਾ ਚੋਣ ਆ ਜੀ ਲੱਤ ਨਹੀਂ ਲਾਉਂਦੀ ਕਰਮਾਂ ਵਾਲੀ ਜਿੱਦਾਂ ਮਰਜ਼ੀ ਤਸੱਲੀ ਕਰੀ ਚੱਲੋ ਠੀਕ ਆ ਹਾਂ ਠੀਕ ਹੈ ਲਓ ਨਿਸ਼ਾਨ ਖੁੱਲ ਗਏ ਪਸ਼ੂ ਬਿਲਕੁਲ ਵਾਜਬ ਤੇ ਜਾਇਜ਼ ਰੇਟਾਂ ਦੇ ਉੱਪਰ ਦੋਸਤੋ ਪਹਿਲਾਂ ਲਿਆ ਕੇ ਵੀਰ ਸੇਲ ਕਰਦਾ ਠੀਕ ਹੈ ਜੀ ਤੇ ਬਾਕੀ ਆਪਣਾ ਜੋ ਵੀ ਮਾਨਤਾ ਨੂੰ ਵੀ ਮੌਕੇ ਤੇ ਕਰ ਦਿੰਦਾ ਆਓ ਆਪਣੀ ਇੱਥੇ ਨਰਕ ਪਰਖਾ ਤਸੱਲੀ ਕਰੋ ਠੀਕ ਹੈ ਜੀ ਪਸ਼ੂ ਅੱਜ ਸਾਰੇ ਸੂਏ ਸਵਾਏ ਆ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਆ ਰਹੀ ਹੈ ਫਿਰ ਬਾਹਰ ਕੱਲੀ ਕਰਕੇ ਆਉਂਦੀ ਨਹੀਂ ਹੈ ਲਓ ਜੀ ਓਏ ਲੈ ਆ ਠੀਕ ਆ ਇਹ ਨਿਸ਼ਾਨ ਕਿੰਨੇ ਦੀ ਫਿਰ ਦੇ ਦਈਏ ਇਹ 5000 ਦੀ ਦੇ ਦਈਏ 5000 25 50 ਹਾਂਜੀ ਠੀਕ ਆ ਇਹ 23,500 ਦੀ ਦੇ ਦਾਂਗੇ ਜੀ 23,500 ਦੀ ਵੀ ਲੈਣ ਦੇਣੀ ਆ ਬਸ ਲੈਣ ਦੇਣੀ ਵੀ ਜੀ 12 ਕਿਲੋ ਦੁੱਧ ਚਵਾ ਕੇ ਦਵਾਂਗੇ ਗੱਲਾਂ ਵਾਲਾ ਨਹੀਂ ਤੁਹਾਨੂੰ ਪਤਾ ਕਿਉਂਕਿ ਜਦੋਂ ਪੈਸੇ ਲੈਣੇ ਆ ਵੀ ਜੀ ਸਵਾਦ ਫੇਰ ਹੀ ਆਉਂਦਾ ਜੇ ਦੁੱਧ ਚਵਾ ਕੇ ਦਈਏ ਤੇ ਚਵਾ ਕੇ ਦਈਏ ਹਾਂਜੀ ਤੁਹਾਨੂੰ ਤੇ ਕੰਮ ਆਪਣੇ ਕਿੱਲੇ ਦੇ ਤਾਂ ਪੂਰਾ ਆਪਾਂ ਦੁੱਧ ਚਵਾ ਕੇ ਦਈਏ ਹਾਂ ਚਵਾ ਕੇ ਦਵਾਂਗੇ ਵੀ ਅੱਗੋਂ ਚਲੋ ਕਿਸੇ ਦੀ ਆਪਾਂ ਸੇਵਾ ਵੇਖੋ ਨਾਲ ਨਹੀਂ ਕਿਸੇ ਵੀਰ ਨੇ ਜਾਣਾ ਆਪਣੇ ਤੋਂ ਡੰਗਰ ਖੜੇ ਕਦੀ ਕਿਸੇ ਦਾ ਬਾਬੇ ਦੀ ਕਿਰਪਾ ਆਪਾਂ ਵੀ ਜੀ ਝੂਠ ਮਾਰਿਆ ਨਹੀਂ ਆ ਡੰਗਰ ਪਿੱਛੇ ਤਸੱਲੀ ਕਰਾ ਕੇ ਲਈਦਾ ਇੱਥੋਂ ਹੀ ਤਸੱਲੀ ਕਰਾ ਕੇ ਬਿਲਕੁਲ 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 ਲਓ ਦੋਸਤੋ ਵੈਸੇ ਕੋਈ ਗਲਤ ਪਸ਼ੂ ਹੈ ਤਾਂ ਪਿੱਛੋਂ ਹੀ ਵੀਰ ਛੱਡ ਆਉਂਦਾ ਤੇ ਤਸੱਲੀ ਆਪਦੀ 2 ਟਾਈਮ ਚੋ ਕੇ ਕਰਨੀ ਹੁੰਦੀ ਆਪ ਉਹ ਵੀ 4 ਡੰਗ ਚੋਲੇ ਵੀਰ ਜੀ ਆਪਾਂ ਨੂੰ ਕੋਈ ਗੁੱਸਾ ਕਰਾਣੀ ਆ ਪਰ ਵੀਰਾਂ ਭਰਾਵਾਂ ਨੇ ਇਹ ਬੇਨਤੀ ਜਿਹੜੇ ਇੱਥੋਂ ਪੈਸੇ ਨਹੀਂ ਦੇ ਕੇ ਜਾਂਦੇ ਉੱਥੇ ਦਿੰਦੇ ਆ ਨਾ ਬਾਜ ਇੰਨੇ ਦੀ ਗੱਲ ਕਰਕੇ ਉੱਥੇ ਜਾ ਕੇ ਖਰਾਬ ਕਰਦੇ ਫਿਰ ਵੀਰ ਜੀ ਚੰਗੇ ਜਿਹੇ ਨਹੀਂ ਲੱਗੀਦਾ ਸਹੀ ਹੁਣ ਸਾਡੇ ਵਿਸ਼ਵਾਸ ਤੇ ਲੈ ਕੇ ਉੱਥੇ ਜਾ ਕੇ ਆਉਂਦੇ ਘਰੇ ਜਾ ਕੇ ਪੈਸੇ ਦੇਣਾ ਖਰਾਬ ਕਰਨ ਤੇ ਫਿਰ ਵੀਰ ਮਾੜੀ ਗੱਲ ਆ ਨਹੀਂ ਨਹੀਂ ਇਤਰਾ ਨਹੀਂ ਗਿਆ ਜੋੜੀ ਤੇ ਫਿਰ ਅਸੀਂ ਪੈਸੇ ਪੂਰੇ ਲੈਣੇ ਆ ਉਹਦੇ ਘੱਟ ਥੋੜੀ ਲੈਣੇ ਵਿੱਚ ਜੀ ਬਿਲਕੁਲ 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 ਲਓ ਦੋਸਤੋ ਹਰ ਇੱਕ ਤਰ੍ਹਾਂ ਦੇ ਵੀਰ ਬੈਠੇ ਆ ਦੁਨੀਆ ਦੇ ਠੀਕ ਆ ਜੀ
ਤੇ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਮਾਲ ਖਰੀਦੋ, ਕਿਉਂਕਿ ਲੋੜ ਅੱਗੋਂ ਖਰੀਦਣ ਵਾਲੇ ਨੂੰ ਵੀ ਉਨੀ ਆ। ਸਮਝ ਲੈਂਦੇ ਹੁਣ 23.5 ਮੰਗਿਆ ਵੇ ਦਾ ਅੱਧਾ ਹਿੱਸਾ ਲਾਉਣਾ ਵੀਰ ਜੀ, ਤੁਸੀਂ ਖੁਦ ਸਿਆਣੇ ਜੋ 12 ਕਿਲੋ ਵਾਲੀ ਆ, ਬਾਹਰੋਂ ਨਹੀਂ ਇੰਨੇ ਕਿਸੇ ਨੇ ਵੀ ਜੀ ਛੇਤੀ ਕੀਤਾ ਕੋਈ ਹੱਥ ਪਾਉਣ ਦਿੰਦਾ। 5-6 ਕਿਲੋ ਵਾਲੀ ਵੀ 12-13 ਹਜ਼ਾਰ ਦੀ ਆਉਂਦੀ ਹੈ, ਤਾਂ ਹੈ 12 ਕਿਲੋ ਦਾ। ਘੜਕੇ ਪਿੰਡ ਲਾ ਕੇ ਗਿਆ ਹਮਤਵੀਰ ਦੇ ਪਿੰਡ ਲਾ ਕੇ, 60,000 ਰੁਪਇਆ ਮੰਗੀ ਜਾਂਦਾ ਵੀਰ 8 ਕਿਲੋ ਦੁੱਧ ਗਾਂ ਥੱਲੇ। ਇਤਰਾ ਹੀ ਹੈ ਜੀ। ਮੈਂ ਕਿਹਾ ਵੀਰ ਜੀ 8 ਕਿਲੋ ਦੁੱਧ ਆ, 60,000 ਕਿਹਦਾ ਮੰਗਣ ਦਿਆ, ਆਂਦਾ ਮੇਰੀ ਚੀਜ਼ ਮੰਗਾ ਨਾ ਮੰਗਾ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਘਰ ਵਾਲੇ ਬਾਅਦ ਗੁੱਸਾ ਕਰਦੇ ਵੀ ਜੀ ਆਪਾਂ ਨੇ ਕੋਈ ਗੁੱਸੇ ਨਾਲ ਨਾਰਾਜ਼ ਕੀ ਨਹੀਂ ਆ, ਬਾਕੀ ਆਦੀ ਤਸੱਲੀ ਕਰਨਾ ਆਪਾਂ ਜਿੰਨਾ ਰੇਟ ਪਾ ਕੋਈ ਮਾਨ ਤਾਨ ਹੋ ਜੂਗਾ ਵੀਰ ਭਰਾ ਦਾ ਦੂਰੋਂ ਆਏਗਾ ਇਹਦਾ। ਠੀਕ ਹੈ ਜੀ। ਲਓ ਵੀ ਦੋਸਤੋ, ਮਾਨ ਤਾਨ ਜਿਹੜਾ ਉਹ ਪਹਿਲਾਂ ਆਇਆ, ਠੀਕ ਹੈ ਜੀ। ਇਸ ਕਿਲੇ ਦੇ ਉੱਪਰ ਤੁਸੀਂ ਆਉਂਦੇ ਜੇ ਤੇ ਪੂਰੀਆਂ ਛੋਟਾਂ ਹੁੰਦੀਆਂ ਰਹਿੰਦੀਆਂ ਨੇ, ਠੀਕ ਹੈ ਜੀ। ਤੇ ਨਾਲ ਦੀ ਨਾਲ ਜਿਹੜੇ ਪਸ਼ੂ ਆ ਬਿਲਕੁਲ ਵਾਜਬ ਤੇ ਜਾਇਜ਼ ਰੇਟਾਂ ਦੇ ਉੱਤੇ ਆਉਂਦੇ ਆ, ਤੇ ਪਸ਼ੂ ਵੀ ਚੰਗੇ ਹੁੰਦੇ ਆ, ਪੂਰਾ ਲੰਮਾ ਕੱਢਦੀ ਕੋਈ ਛੋਟਾ। ਸੋ ਜਿੰਨਾ ਕੁ ਦੁੱਧ ਕਿਹਾ ਜਾਂਦਾ ਉਹਨਾਂ ਦੁੱਧ ਵੀ ਨਿਕਲਦਾ। ਇਹ ਨਹੀਂ ਹੈਗਾ ਵੀ ਦੂਰੋਂ ਨੇੜਿਓਂ ਇੱਥੇ ਆ ਜਾਏ ਕੋਈ ਵੀਰ, ਉਹਨਾਂ ਦੁੱਧ ਨਾਲ ਨਿਕਲੇ, ਦੁੱਧ ਉਹਨਾਂ ਨਿਕਲਦਾ, ਠੀਕ ਹੈ ਜੀ। ਸੋ ਉਹ ਤਸੱਲੀ ਆਪ ਵੀ ਅੱਗੋਂ ਕਰਕੇ ਲੈਂਦੇ ਆ ਓਨਰ ਮਾਲਕ, ਅੱਗੋਂ ਆਪ ਵੀ ਤੁਸੀਂ ਕਰਕੇ ਲੈ ਕੇ ਜਾਓ, ਠੀਕ ਹੈ ਜੀ। ਤੇ ਕੱਲ ਕਿਸੇ ਤਰ੍ਹਾਂ ਦੀ ਬਾਤ ਵਿੱਚ ਕੋਈ ਕਿੰਤੂ ਪਰੰਤੂ ਦਾ ਸਾਹਮਣਾ ਨਾ ਤੁਹਾਨੂੰ ਕਰਨਾ ਪਵੇ ਤੇ ਨਾ ਹੀ ਅੱਗੇ ਕਿਸੇ ਵਪਾਰੀ ਵੀਰ ਨੂੰ। ਬਾਕੀ ਥਣਾ ਲੇਵਿਆਂ ਦੀਆਂ ਪੂਰੀਆਂ ਸਾਫ ਸੁਥਰੀਆਂ, ਇਹ ਮੱਝਾਂ ਨੇ ਵੈੜਾਂ ਨੇ, ਆਣ ਕੇ ਇੱਥੇ ਆਪਣੀ ਤਸੱਲੀ ਕਰ ਲਓ। ਤੇ ਨੰਬਰ ਇੱਕ ਨਿਸ਼ਾਨ ਵੀ ਹੈਗਾ 7876 74417, ਪਿੰਡ ਰਸੂਲਪੁਰ ਨਹਿਰਾ, ਜ਼ਿਲ੍ਹਾ ਤਰਨਤਾਰਨ, ਤਹਿਸੀਲ ਤਰਨਤਾਰਨ ਵੀ ਜੀ। ਅੱਧੇ ਪੰਜਾਬ ਦੇ ਕੋਲੇ ਨਿਸ਼ਾਨ ਤੇਰਾ ਨੰਬਰ ਹੋਊਗਾ ਨਾ ਜੀ, ਜ਼ਿਆਦਾ ਹੀ ਹੋਊਗਾ ਵੀਰ ਜੀ ਹੁਣ। ਠੀਕ, ਕਿਉਂਕਿ ਹੁਣ ਤੁਹਾਨੂੰ ਪਤਾ ਵੀਡੀਓ ਆਪਣੀ ਕਹਿੰਦੇ ਜੀ ਅੱਧੀ ਵੈਂਦੇ ਸਾਰੇ ਭੈਣ ਭਰਾ ਜੁੜੇ ਆਪਣੇ ਨਾਲ, ਜੁੜੇ ਆ ਜੁੜੇ ਜੀ, ਤੁਹਾਡੀ ਕਿਰਪਾ ਚਾਹੀਦੀ ਹੈ। ਨਹੀਂ ਨਹੀਂ, ਉਹ ਵੈਗੁਰੂ ਸੱਚੇ ਪਾਤਸ਼ਾਹ ਦੇ ਨਿਸ਼ਾਨ ਵੈਸੇ ਤੇਰੇ ਤੇ ਕਿਰਪਾ ਪੜੀ ਹੈ ਜੀ। ਹਾਂਜੀ ਜੀ। ਲਓ ਦੋਸਤੋ, ਇਹ ਸਨ ਵੀਰ ਨਿਸ਼ਾਨ ਪਿੰਡ ਰਸੂਲਪੁਰ ਨਹਿਰਾ ਤੋਂ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਆਓ ਆਪਣੀ ਨਰਕ ਪਰਖਾ ਤਸੱਲੀ ਕਰੋ, ਪਸ਼ੂ ਡੇਲੀ ਰੂਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।